ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਇਸ ਵਕਤ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ ਅੱਜ ਬੱਸਾਂ ਦਾ ਕਿਰਾਇਆ ਜਿਹੜਾ ਉਹ ਵੱਧ ਚੁੱਕਿਆ ਹੈ। ਬੀਤੀ ਰਾਤ ਟਰਾਂਸਪੋਰਟ ਵਿਭਾਗ ਦੇ ਚੀਫ ਸੈਕਟਰੀ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਔਰ ਅੱਜ ਤੋਂ ਬੱਸਾਂ ਦਾ ਕਿਰਾਇਆ ਕੀ ਹੋਵੇਗਾ ਇਸ ਦੇ ਬਾਰੇ ਅਹਿਮ ਜਾਣਕਾਰੀ ਦੇਵਾਂਗੇ। ਜਿਹੜੀਆਂ ਏਸੀ ਬੱਸਾਂ ਨੇ ਜਾਂ ਇੰਟੈਗਰਲ ਕੋਚ ਨੇ ਜਾਂ ਸਧਾਰਨ ਬੱਸਾਂ ਨੇ ਉਹਨਾਂ ਦਾ ਕੀ ਰੇਟ ਹੋਵੇਗਾ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲਦੇ ਹਾਂ, ਡੀਜ਼ਲ ਜਿਹੜਾ ਮਹਿੰਗਾ ਹੋਇਆ ਉਸ ਤੋਂ ਬਾਅਦ ਉਸਦਾ ਅਸਰ ਜਿਹੜਾ ਉਹ ਬੱਸਾਂ 'ਤੇ ਕਿਰਾਏ 'ਤੇ ਪੈਂਦਾ ਨਜ਼ਰ ਆਇਆ। ਮੁਨਾਫੇ ਦੇ ਵਿੱਚ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਜਾਣ ਦੇ ਲਈ ਔਰ ਪਿਛਲੇ ਲੰਬੇ ਸਮੇਂ ਤੋਂ ਕਿਰਾਇਆ ਵਧਾਇਆ ਵੀ ਨਹੀਂ ਗਿਆ ਸੀ, ਤਾਂ ਡੀਜ਼ਲ ਦੇ ਲਗਾਤਾਰ ਵੱਧ ਰਹੇ ਰੇਟਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਤਾਂ ਹੁਣ ਦੱਸਦੇ ਚੱਲਦੇ ਹਾਂ ਸਧਾਰਨ ਬੱਸਾਂ ਦਾ ਕੀ ਕਿਰਾਇਆ ਹੋਵੇਗਾ, ਸਧਾਰਨ ਬੱਸਾਂ ਦਾ ਕੀ ਕਿਰਾਇਆ ਹੋਵੇਗਾ ਇਸ ਦੇ ਬਾਰੇ ਅਹਿਮ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਔਰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿਰਾਇਆ ਸਧਾਰਨ ਬੱਸਾਂ ਦਾ 1 ਰੁਪਏ 45 ਪੈਸੇ ਵਧਾਇਆ ਗਿਆ ਹੈ। ਏਸੀ ਬੱਸ ਦਾ ਕਿਰਾਇਆ 1 ਰੁਪਏ 74 ਪੈਸੇ ਵਧਾਇਆ ਗਿਆ ਹੈ। ਇੰਟੈਗਰਲ ਕੋਚ ਯਾਨੀ ਕਿ ਜਿਹੜੇ ਏਸੀ ਦੇ ਸੁਪਰ ਕੋਚ ਹੁੰਦੇ ਨੇ ਉਹਨਾਂ ਦਾ ਕਿਰਾਇਆ 2 ਰੁਪਏ 61 ਪੈਸੇ ਵਧਾਇਆ ਗਿਆ ਹੈ। ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 90 ਪੈਸੇ ਵਧਾਇਆ ਗਿਆ ਹੈ। ਛੋਟੇ ਓਪਰੇਟਰਾਂ ਨੂੰ ਹੋ ਰਿਹਾ ਲੰਬੇ ਸਮੇਂ ਤੋਂ ਨੁਕਸਾਨ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਔਰ ਇਹ ਕਿਹਾ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਰਾਇਆ ਨਹੀਂ ਵਧਾਇਆ ਗਿਆ ਸੀ। ਇੱਕ ਹੋਰ ਇਸ ਦੇ ਵਿੱਚ ਖਾਸ ਜਾਣਕਾਰੀ ਹੈ ਕਿ ਹੁਣ ਘੱਟੋ ਘੱਟ 15 ਰੁਪਏ ਕਿਰਾਇਆ ਤਾਂ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਕਿ ਪਹਿਲਾਂ ਹੁੰਦਾ ਸੀ ਕਿ ਛੋਟੇ ਛੋਟੇ ਅੱਡਿਆਂ 'ਤੇ ਬੱਸ ਰੁਕਦੀ ਸੀ, 10 ਰੁਪਏ ਕਿਰਾਇਆ ਹੁੰਦਾ ਸੀ, ਤਾਂ ਹੁਣ ਮਿਨੀਮਮ 15 ਰੁਪਏ ਕਿਰਾਇਆ ਕਰ ਦਿੱਤਾ ਗਿਆ ਹੈ। ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 2 ਰੁਪਏ 61 ਪੈਸੇ ਇੰਟੈਗਰਲ ਕੋਚ ਦਾ ਵਧਾਇਆ ਗਿਆ ਹੈ, ਏਸੀ ਬੱਸ ਦਾ ਕਿਰਾਇਆ 1 ਰੁਪਏ 74 ਪੈਸੇ ਵਧਾਇਆ ਗਿਆ ਹੈ। ਸਧਾਰਨ ਜਿਹੜੀਆਂ ਬੱਸਾਂ ਨੇ ਚਾਹੇ ਤੁਸੀਂ ਜਲੰਧਰ ਤੋਂ ਫਿਰੋਜ਼ਪੁਰ ਜਾ ਰਹੇ ਹੋ, ਲੁਧਿਆਣਾ ਆ ਰਹੇ ਹੋ, ਤਾਂ ਉਹਨਾਂ ਦਾ ਵੀ ਕਿਰਾਇਆ ਜਿਹੜਾ ਉਹ ਵਧਾ ਦਿੱਤਾ ਗਿਆ ਹੈ। ਤਾਂ 3 ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਛੋਟੇ ਓਪਰੇਟਰਾਂ ਨੂੰ ਹੋ ਰਹੇ ਲੰਬੇ ਸਮੇਂ ਤੋਂ ਨੁਕਸਾਨ ਨੂੰ ਲੈ ਕੇ ਇਹ ਕਿਰਾਇਆ ਵਧਾਇਆ ਗਿਆ ਹੈ ਔਰ ਪੰਜਾਬ ਟਰਾਂਸਪੋਰਟ ਵਿਭਾਗ ਨੂੰ ਮੁਨਾਫੇ ਦੇ ਵਿੱਚ ਕਿਸ ਤਰੀਕੇ ਨਾਲ ਲੈ ਕੇ ਜਾਣਾ ਹੈ ਉਸ ਨੂੰ ਲੈ ਕੇ ਇਹ ਨਵੇਂ ਕਦਮ ਚੁੱਕੇ ਜਾ ਰਹੇ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਟਰਾਂਸਪੋਰਟ ਵਿਭਾਗ ਨੂੰ ਨੁਕਸਾਨ ਵੀ ਹੋਇਆ ਕਿਉਂਕਿ ਬੱਸਾਂ ਦਾ ਜਿਹੜਾ ਔਰਤਾਂ ਦਾ ਕਿਰਾਇਆ ਮੁਫਤ ਕੀਤਾ ਉਸ ਨਾਲ ਕਿਤੇ ਨਾ ਕਿਤੇ ਬੋਝ ਜਿਹੜਾ ਬਹੁਤ ਪਿਆ, ਪਰ ਹੁਣ ਇਹ ਜਿਹੜਾ ਪਹਿਲ ਕੀਤੀ ਹੈ ਯਾਨੀ ਕਿ ਹਾਲਾਂਕਿ ਲੋਕਾਂ ਦੀ ਜੇਬਾਂ 'ਤੇ ਤਾਂ ਅਸਰ ਪਵੇਗਾ ਪਰ ਟਰਾਂਸਪੋਰਟ ਵਿਭਾਗ ਨੂੰ ਮੁਨਾਫੇ ਦੇ ਵਿੱਚ ਕਿਸ ਤਰੀਕੇ ਨਾਲ ਲੈ ਕੇ ਜਾਣਾ ਹੈ ਇਹ ਕਦਮ ਚੁੱਕਿਆ ਗਿਆ ਹੈ ਔਰ ਦੇਖਣਾ ਹੋਵੇਗਾ ਕਿ ਇਸ 'ਤੇ ਲੋਕਾਂ ਦਾ ਕੀ ਪ੍ਰਤੀਕਰਮ ਹੋਵੇਗਾ, ਕਿਉਂਕਿ ਲੋਕਾਂ ਦੀ ਜੇਬਾਂ 'ਤੇ ਵੀ ਸੁਭਾਵਕ ਅਸਰ ਪਵੇਗਾ। ਇੱਕ ਪਾਸੇ ਡੀਜ਼ਲ ਮਹਿੰਗਾ ਹੁੰਦਾ, ਦੂਜੇ ਪਾਸੇ ਕਿਰਾਇਆ ਵਧਾਇਆ ਗਿਆ ਹੈ। ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।